YouTube ਚੈਨਲ ਲਰਨਰਸ ਬੋਹਾ ਤੇ ਬਾਇਓਲੋਜੀ ਡੇਲੀ ਡੋਸ ਸੈਕਸ਼ਨ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਾਇਓਲੋਜੀ ਡੇਲੀ ਡੋਸ ਸੈਕਸ਼ਨ ਦੇ ਅੰਦਰ ਪੜਾਂਗੇ ਪੋਇਜ਼ਨਸ ਡਾਰਟ ਫਰੌਗਸ ਬਾਰੇ ਪੋਇਜ਼ਨਸ ਡਾਰਟ ਫਰੌਗਸ ਬੜੇ ਹੀ ਅਮੇਜ਼ਿੰਗ ਕ੍ਰੀਚਰਸ ਹੈਗੇ ਐ ਇਹਨਾਂ ਦਾ ਕਾਮਨ ਨੇਮ ਹੈ ਪੋਇਜ਼ਨਸ ਡਾਰਟ ਫਰੌਗ ਸਾਇੰਟਿਫਿਕ ਨੇਮ ਡੈਨੋਡੋਪੈਟਰੀ ਹੈ ਤੇ ਸਟੇਟਸ ਇਹਨਾਂ ਦਾ ਜੇ ਦੇਖਿਆ ਜਾਵੇ ਇਹ ਇੰਡੀਂਜਰਡ ਆਰਗਾਨਿਜ਼ਮਸ ਨੇ ਖਤਰੀ ਦੀ ਕਗਾਰ ਤੇ ਪ੍ਰਜਾਤੀਆਂ ਨੇ ਕਿਉਂਕਿ ਇਹਨਾਂ ਦਾ ਜੋ ਹੈਬਿਟੈਟ ਹੈ ਉਹ ਹੈਬਿਟੈਟ ਖਤਮ ਹੋ ਚੁੱਕਿਆ ਹੈ ਹੈਬਿਟੈਟ ਲਾਸ ਹੋਣ ਕਰਕੇ ਇਹ ਆਰਗਾਨਿਜ਼ਮ ਵੀ ਖਤਮ ਖਤਮ ਹੁੰਦੇ ਜਾ ਰਹੇ ਹੈ ਇਹਨਾਂ ਦਾ ਜੋ ਕਲਰ ਹੈ ਕਲਰ ਬਹੁਤ ਵੇਰੀਏਬਲ ਕਲਰ ਹੁੰਦਾ ਹੈ ਸਪੀਸੀਸ ਟੂ ਸਪੀਸੀਸ ਇਹ ਕਲਰ ਵੇਰੀ ਕਰਦਾ ਜਿਸ ਤਰ੍ਹਾਂ ਸਕਰੀਨ ਦੇ ਉੱਤੇ ਤੁਸੀਂ ਬਲੂ ਕਲਰ ਦਾ ਫਰੌਗ ਦੇਖ ਰਹੇ ਹੋ ਨਾਲ ਨਾਲ ਰੈੱਡ ਤੇ ਬਲੈਕ ਕਲਰ ਦਾ ਹੈ ਇਸ ਤੋਂ ਬਾਅਦ ਦੇ ਵਿੱਚ ਇਹ orange color ਦਾ frog ਹੈ ਸੋ ਇਹ ਅਲੱਗ-ਅਲੱਗ ਕਲਰ ਦੇ ਜੋ frog ਹੈਗੇ ਨੇ ਇਹ ਹੁੰਦੇ ਐ ਇਹਨਾਂ ਦਾ ਸਾਈਜ਼ ਬੜਾਈ ਛੋਟੇ ਸਾਈਜ਼ ਦੇ ਹੁੰਦੇ ਨੇ ਇਹ 1 ਇੰਚ ਤੋਂ ਲੈ ਕੇ 2.5 ਇੰਚ ਤੱਕ ਇਹਨਾਂ ਦਾ ਸਾਈਜ਼ ਹੁੰਦਾ ਥੈਨ ਕਲਰ ਤੇ ਪੈਟਰਨ ਦੀ ਮੈਂ ਆਲਰੇਡੀ ਗੱਲ ਕਰ ਚੁੱਕੇ ਆ ਕਿ ਇਹ ਸਪੀਸੀਸ ਟੂ ਸਪੀਸੀਸ ਵੇਰੀ ਕਰਦਾ ਅਸੀਂ ਗੱਲ ਕਰਦੇ ਆ ਕਿ ਇਹਨਾਂ ਦੀ ਪੌਇਜ਼ਨ ਦੀ ਕਿਹੜਾ ਪਾਰਟ ਇਹਨਾਂ ਦੀ ਬਾਡੀ ਦਾ ਪੌਇਜ਼ਨਸ ਹੈ ਤੇ ਇਹਨਾਂ ਦੀ ਜੋ ਸਕਿਨ ਹੈਗੀ ਹੈ ਉਹ ਸਕਿਨ ਇਹਨਾਂ ਦੀ ਪੌਇਜ਼ਨਸ ਹੈ। ਦੈਨ ਇਹਨਾਂ ਦੀ ਹੈਬਿਟੈਟ ਦੀ ਗੱਲ ਕਰੀਏ ਕਿ ਕਿੱਥੇ ਇਹ ਹੈਗੇ ਐ ਇਹ ਐਮਾਜ਼ਨ ਰੇਨ ਫੋਰੈਸਟ ਦੇ ਵਿੱਚ ਪਾਈ ਜਾਂਦੇ ਐ। ਐਮਾਜ਼ਨ ਰੇਨ ਫੋਰੈਸਟ ਸਕਰੀਨ ਦੇ ਤੇ ਤੁਸੀਂ ਵਰਡ ਦਾ ਮੈਪ ਦੇਖ ਰਹੇ ਹੋ। ਇਸ ਵਰਡ ਦੇ ਮੈਪ ਦੇ ਵਿੱਚ ਸਾਊਥ ਅਮਰੀਕਾ ਦਾ ਜੋ ਪਾਰਟ ਹੈ ਜਿੱਥੇ ਐਮਾਜ਼ਨ ਰੇਨ ਫੋਰੈਸਟ ਇਹਨਾਂ ਨੂੰ ਅਸੀਂ ਲੰਗਸ ਆਫ ਪਲਾਨਟ ਅਰਥੀ ਬੋਲਦੇ ਆਂ। ਇਸ ਦੇ ਵਿੱਚ ਇਹ ਫਰੌਗ ਪਾਈ ਜਾਂਦੇ ਐ। then ਇਹ ਕਿੰਨੀ ਪੌਇਜ਼ਨ ਪੌਇਜ਼ਨਸ ਹੁੰਦੇ ਐ ਇਹਨਾਂ ਦੇ ਕੋਲੇ ਇੰਨੀ ਕਿ ਪੌਇਜ਼ਨ ਹੁੰਦੀ ਹੈ ਕਿ ਇੱਕ ਫਰੌਗ ਜੋ ਹੈ ਉਹ 10 ਬੰਦਿਆਂ ਨੂੰ ਮਾਰ ਸਕਦਾ then ਮੀਨ ਜਿਹੜੀ ਇਹਨਾਂ ਦੇ ਜੇ ਅਸੀਂ ਦੋ ਫੀਚਰਸ ਦੀ ਗੱਲ ਕਰੀਏ ਇੱਕ ਫੀਚਰ ਤਾਂ ਤੁਹਾਨੂੰ ਹੁਣ ਤੱਕ ਦਿਖਾਈ ਦੇ ਰਿਹਾ ਹੈ ਕਿ ਇਹ ਫਰੌਗ ਵਰੀਏਬਲ ਕਲਰ ਦੇ ਹੈ ਜਿਸ ਤਰ੍ਹਾਂ ਸਕਰੀਨ ਦੇ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਕਲਰ ਦੇ ਹੈ। ਦੂਸਰੀ ਗੱਲ ਇਹ ਹੈ ਕਿ ਇਹਨਾਂ ਦਾ ਕਲਰ ਬੜੇ ਕੰਟ੍ਰਾਸਟਿੰਗ ਕਲਰ ਨੇ। ਆਮ ਤੌਰ ਤੇ ਜਿਹੜੇ ਆਰਗਾਨਿਜ਼ਮਸ ਹੁੰਦੇ ਨੇ ਉਹਨਾਂ ਦੇ ਕਲਰ ਇਹੋ ਜਿਹੇ ਨਹੀਂ ਹੁੰਦੇ। ਸਾਡੀ ਧਰਤੀ ਦੇ ਉੱਤੇ ਕੁਝ ਕੁ ਆਰਗਾਨਿਜ਼ਮਸ ਹੀ ਇਹੋ ਜਿਹੇ ਨੇ ਜਿਨ੍ਹਾਂ ਦੇ ਕਲਰ ਬੜੇ ਬ੍ਰਾਈਟ ਕਲਰ ਹੁੰਦੇ ਆ। ਕੀ ਅਸੀਂ ਇਹਨਾਂ ਦੇ ਕਲਰ ਦਾ ਇਹਨਾਂ ਦੇ ਵਿੱਚ ਪੌਇਜ਼ਨ ਹੋਣ ਦੇ ਨਾਲ ਕੋਈ ਰਿਲੇਸ਼ਨ ਬਣਾ ਸਕਦੇ ਹਾਂ? ਬਿਲਕੁਲ ਇਹਨਾਂ ਦਾ ਰਿਲੇਸ਼ਨ ਹੈ ਤੇ ਉਸੇ ਰਿਲੇਸ਼ਨ ਨੂੰ ਹੁਣ ਅਸੀਂ ਸਮਝਣ ਜਾ ਰਹੇ ਹਾਂ। ਇਹਨਾਂ ਦੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਲਰ ਬੜੇ ਵਰੀਏਬਲ ਕਲਰ ਹੈਗੇ ਐ ਬੜੇ ਹੀ ਬ੍ਰਾਈਟ ਕਲਰ ਨੇ ਬੜੇ ਹੀ ਕੰਟਰਾਸਟਿੰਗ ਕਲਰ ਨੇ ਐਕਚੁਅਲੀ ਇਹ ਇੱਕ ਫੀਨੋਮਨਾ ਹੈ ਇੱਕ ਅਡਪਟੇਸ਼ਨ ਹੈ ਜਿਸ ਨੂੰ ਅਸੀਂ ਐਪੋਸੀਮੈਟਿਜ਼ਮ ਬੋਲਦੇ ਆ ਐਪੋਸੀਮੈਟਿਜ਼ਮ ਦਾ ਮਤਲਬ ਹੁੰਦਾ ਹੈ ਕਿ ਵਾਰਨਿੰਗ ਕਲਰੇਸ਼ਨ ਅਸਲ ਦੇ ਵਿੱਚ ਸਾਡੀ ਧਰਤੀ ਦੇ ਉੱਤੇ ਰਹਿਣ ਵਾਲੇ ਆਰਗਾਨਿਜ਼ਮ ਜਿਹੜੇ ਕਿ ਖਤਰਨਾਕ ਹੁੰਦੇ ਐ ਜਿਨ੍ਹਾਂ ਦੀ ਕੋਲੇ ਕੋਈ ਪੌਇਜ਼ਨ ਹੈ ਜਾਂ ਜਿਨ੍ਹਾਂ ਕੋਲੇ ਕੋਈ ਸਟਿੰਗ ਹੈ ਉਹ ਬਾਈਟ ਕਰ ਸਕਦੇ ਐ ਉਹਨਾਂ ਸਾਰਿਆਂ ਨੂੰ ਨੇਚਰ ਨੇ ਕਲਰ ਜੋ ਦਿੱਤੇ ਨੇ ਉਹ ਬ੍ਰਾਈਟ ਕਲਰ ਦਿੱਤੇ ਐ ਜਿਵੇਂ ਅਸੀਂ ਆਮ ਵੀ ਦੇਖਦੇ ਹਾਂ ਬਹੁਤ ਸਾਰੇ ਇਨਸੈਕਟ ਨੇ ਜਿਹੜੇ ਇਨਸੈਕਟ ਹਾਰਮਫੁਲ ਹੁੰਦੇ ਆ ਤਾਂ ਉਹਨਾਂ ਦੇ ਬੜੇ ਬ੍ਰਾਈਟ ਬੜੇ ਕੰਟਰਾਸਟਿੰਗ ਕਲਰ ਜਿਹੜੇ ਹੈਗੇ ਸਾਨੂੰ ਮਿਲਦੇ ਆ ਬਿਲਕੁਲ ਉਸੇ ਤਰੀਕੇ ਨਾਲ ਹੀ ਸਕਰੀਨ ਦੇ ਉੱਤੇ ਤੁਸੀਂ ਵੇਖ ਰਹੇ ਹੋ ਕਿ ਇਨ੍ਹਾਂ ਫਰੌਗ ਦੇ ਕਲਰ ਵੀ ਕਿਸ ਤਰ੍ਹਾਂ ਦੇ ਹੈਗੇ ਨੇ ਤਾਂ ਇਹੀ ਨੇਚਰ ਨੇ ਇਸ ਤਰ੍ਹਾਂ ਦੇ ਕਲਰ ਇਹਨਾਂ ਨੂੰ ਕਿਉਂ ਦਿੱਤੇ ਹੈ ਜਾਂ ਐਪੋਸਮੈਟਿਕ ਕਲਰੇਸ਼ਨ ਜਾਂ ਵਾਰਨਿੰਗ ਕਲਰੇਸ਼ਨ ਵੀ ਇਸ ਨੂੰ ਬੋਲਦੇ ਆ ਤਾਂ ਮਤਲਬ ਕੀ ਹੈ ਅਸਲ ਦੇ ਵਿੱਚ ਇਹ ਇੱਕ ਇਸ ਤਰ੍ਹਾਂ ਦੀ ਐਡਾਪਟੇਸ਼ਨ ਹੈ ਵਿਚ ਇਜ਼ ਯੂਸਫੁਲ ਫਾਰ ਬੋਥ ਪ੍ਰੇਡੇਟਰ ਐਂਡ ਪ੍ਰੇ ਪ੍ਰੇਡੇਟਰ ਹੁੰਦਾ ਹੈ ਸ਼ਿਕਾਰੀ ਤੇ ਪ੍ਰੇ ਹੁੰਦਾ ਹੈ ਸ਼ਿਕਾਰ ਹੋਣ ਵਾਲਾ ਇਹ ਦੋਨਾਂ ਵਾਸਤੇ ਯੂਸਫੁਲ ਹੈ ਮੰਨ ਲਓ ਕੋਈ ਆਰਗਾਨਿਜ਼ਮ ਡਾਟ ਫਰੌਗ ਦੇ ਉੱਤੇ ਪ੍ਰੇਡੇਸ਼ਨ ਕਰ ਰਿਹਾ ਇਸ ਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਤਾਂ ਨੇਚਰ ਨੇ ਇਸ ਨੂੰ ਬ੍ਰਾਈਟ ਕਲਰ ਦੇ ਦਿੱਤੇ ਜਿਸ ਦੇ ਨਾਲ ਪ੍ਰੇਡੇਟਰ ਨੂੰ ਪਤਾ ਲੱਗ ਗਿਆ ਕਿ ਇਹ ਖਾਣ ਯੋਗ ਨਹੀਂ ਹੈ ਅਨਪੈਲੇਟੇਬਲ ਹੈ ਇਹਨੂੰ ਖਾਣਾ ਨਹੀਂ ਚਾਹੀਦਾ ਕਿ ਜੇ ਇਸ ਨੂੰ ਖਾਵਾਂਗੇ ਤਾਂ ਉਹ ਮਰ ਸਕਦਾ ਹੈ ਕਿਉਂਕਿ ਇਹ ਜ਼ਹਿਰੀਲਾ ਹੋ ਸਕਦਾ ਹੈ ਇਹਦਾ ਮਤਲਬ ਪ੍ਰੇਡੇਟਰ ਦਾ ਫਾਇਦਾ ਹੋ ਗਿਆ ਤੇ ਨਾਲ ਦੀ ਨਾਲ ਪ੍ਰੇ ਦਾ ਵੀ ਤਾਂ ਫਾਇਦਾ ਹੋ ਗਿਆ ਪਰੇ ਦਾ ਕਿਵੇਂ ਫਾਇਦਾ ਹੋ ਗਿਆ ਡਾਟ ਫਰੌਗ ਦਾ ਕਿਵੇਂ ਫਾਇਦਾ ਹੋ ਗਿਆ ਕਿ ਇਹੇ ਮਰਨ ਤੋਂ ਬਚ ਗਿਆ ਤਾਂ ਇਸੇ ਤਰੀਕੇ ਨਾਲ ਹੀ ਦੇਖੋ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਜੇ ਪ੍ਰੇਡੇਟਰ ਜਿਹੜਾ ਹੈਗਾ ਇਸ ਨੂੰ ਖਾਊਗਾ ਇਹ ਮਰ ਜੂਗਾ ਜੇ ਉਹ ਇਹ ਗੱਲ ਨਹੀਂ ਮਹਿਸੂਸ ਕਰੂਗਾ ਕਿ ਇਹੜਾ ਪ੍ਰੇ ਹਾਰਮਫੁਲ ਹੈ ਤੇ ਜੇ ਦੂਸਰੇ ਪਾਸੇੜੀ ਹੈਗੀ ਆ ਉਹ ਇਸੇ ਬ੍ਰਾਈਟ ਕਲਰਸ ਤੋਂ ਇਸ ਗੱਲ ਦਾ ਅੰਦਾਜ਼ਾ ਲਗਾ ਲੂਗਾ ਕਿ ਹਾਰਮਫੁਲ ਹੈਗਾ ਤਾਂ ਪ੍ਰੇਡੇਟਰ ਵੀ ਬਾਜੂਗਾ ਤੇ ਪ੍ਰੇ ਵੀ ਬਾਜੂਗਾ ਇਸ ਤਰੀਕੇ ਨਾਲ ਇਹ ਇੱਕ ਐਡਾਪਟੇਸ਼ਨ ਹੈਗੀ ਹੈ ਇਸ ਅਡੈਪਟੇਸ਼ਨ ਨੂੰ ਹੋਰ ਵੀ ਆਰਗਾਨਿਜ਼ਮਸ ਨੇ ਯੂਜ਼ ਕੀਤਾ ਹੈ ਤੇ ਕਿਤੇ ਕਿਤੇ ਇਸ ਬ੍ਰਾਈਟ ਕਲਰ ਦੇ ਪੈਟਰਨ ਨੂੰ ਐਪੋਸਮੈਟਿਜ਼ਮ ਨੂੰ ਵਾਰਨਿੰਗ ਕਲਰੇਸ਼ਨ ਨੂੰ ਆਰਗਾਨਿਜ਼ਮਸ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਵੀ ਯੂਜ਼ ਕੀਤਾ ਤੇ ਇਸ ਦੇ ਨਾਲ ਹੀ ਰਿਲੇਟਡ ਹੋਰ ਅਸੀਂ ਜਿਹੜਾ ਹੈਗਾ ਇੱਕ ਫੀਨੋਮਨਾ ਹੁੰਦਾ ਹੈ ਜਿਸ ਦੇ ਵਿੱਚ ਮਿਮਿਕਰੀ ਆ ਜਾਂਦਾ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਅਡੈਪਟੇਸ਼ਨਸ ਹੁੰਦੀਆਂ ਨੇ ਇਹਨਾਂ ਅਡੈਪਟੇਸ਼ਨਸ ਨੂੰ ਅਸੀਂ ਕਮਿੰਗ ਸੈਕਸ਼ਨ ਦੇ ਵਿੱਚ ਪੜ੍ਹਾਂਗੇ ਅੱਜ ਦਾ ਜੋ ਸਾਡਾ ਟੌਪਿਕ ਸੀ ਉਹ ਪੌਇਜ਼ਨਸ ਡਾਟ ਫਰੌਗ ਬਾਰੇ ਸੀ ਤੇ ਨਾਲ ਦੀ ਨਾਲ ਹੀ ਇਹ ਜੋ ਐਪੋਸਮੈਟਿਜ਼ਮ ਦਾ ਫੀਨੋਮਨਾ ਹੈ ਇਸ ਦੇ ਬਾਰੇ ਸੀ ਇਹ ਐਨਵਾਇਰਨਮੈਂਟ ਦੇ ਚੈਪਟਰ ਦੇ ਵਿੱਚ 10+2 ਦੀ ਇਕੋਲੋਜੀ ਦਾ ਵੀ ਇੱਕ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਐਨੀਮਲ ਅਡੈਪਟੇਸ਼ਨਸ ਉਸ ਦਾ ਵੀ ਇੱਕ ਪਾਰਟ ਹੈ ਐਪੋਸਮੈਟਿਜ਼ਮ ਸੋ ਐਪੋਸਮੈਟਿਜ਼ਮ ਦੇ ਫੀਨੋਮਨਾ ਨੂੰ ਅੱਜ ਮੈਂ ਇਸ ਪੌਇਜ਼ਨਸ ਡਾਟ ਫਰੌਗ ਦੀ ਐਗਜ਼ਾਮਪਲ ਲੈ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਹਾਂ ਕਿ ਪੌਇਜ਼ਨਸ ਡਾਟ ਫਰੌਗ ਨਾਲ ਜੁੜੀ ਹੋਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਥੈਂਕ ਯੂ ਥੈਂਕ ਯੂ ਵੈਰੀ ਮੱਚ